ਪੰਜਾਬ ਸਰਕਾਰ ਸਕੂਲਾਂ ਦੇ ਵਿਕਾਸ ਲਈ ਕਈ ਤਰ੍ਹਾਂ ਦੇ ਯਤਨ ਕਰ ਰਹੀ ਹੈ। ਹੁਣ ਉਹਨਾਂ ਹੀ ਯਤਨਾਂ 'ਚੋਂ ਇੱਕ ਹੈ ਸਰਕਾਰੀ ਸਕੂਲਾਂ 'ਚ ਸੋਲਰ ਪਾਵਰ ਸਿਸਟਮ ਲਵਾਉਣਾ। ਜੀ ਹਾਂ, ਪੰਜਾਬ ਦੇ 880 ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ ਸੋਲਰ ਪਾਵਰ ਸਿਸਟਮ ਲਗਵਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਜੇਕਰ ਗੱਲ ਰੂਪਨਗਰ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ 20 ਸੈਕੰਡਰੀ ਸਕੂਲਾਂ 'ਚ ਸੋਲਰ ਪਾਵਰ ਸਿਸਟਮ ਲਗਵਾਏ ਜਾਣਗੇ, ਜਿਸ ਦੀ ਸਮਰੱਥਾ 5 ਕਿਲੋ ਵਾਟ ਦੀ ਹੋਵੇਗੀ। ਆਪਣੇ ਜ਼ਿਲ੍ਹੇ ਦੇ ਵਿੱਚ ਟੋਟਲ 20 ਸਕੂਲ ਨੇ ਜਿਨ੍ਹਾਂ ਦੇ ਵਿੱਚ ਸੋਲਰ ਸਿਸਟਮ ਦੇ ਰਾਹੀਂ ਜਿਹੜੀ ਬਿਜਲੀ ਹੈ ਜਿਹੜੀ ਸਕੂਲਾਂ ਨੂੰ ਦਿੱਤੀ ਜਾਏਗੀ, 5 ਮੈਗਾਵਾਟ ਇਹਦਾ ਜਿਹੜਾ ਜਿਹੜੀ ਪਾਵਰ ਹੈਗੀ ਹੈ। ਇਸ ਦੇ ਨਾਲ ਸਕੂਲਾਂ ਦੇ ਵਿੱਚ ਬੜੀ ਸਮੱਸਿਆ ਹੱਲ ਹੋਏਗੀ ਸਾਡੀ ਬਿਜਲੀ ਦੇ ਵਿੱਚ, ਅਤੇ ਬੜਾ ਇਕਨੋਮੀਕਲ ਹੋਏਗਾ ਇਹ, ਕਿਉਂਕਿ ਬਹੁਤ ਸਾਰੇ ਸਕੂਲਾਂ ਕੋਲ ਇੰਨੀ ਮਤਲਬ ਚਲੋ ਬਿਜਲੀ ਭਰਨ ਦਾ ਬਿੱਲ ਦੇਣ ਦੀ ਵੀ ਕਈ ਪ੍ਰੋਬਲਮ ਆ ਜਾਂਦੀ ਹੈ। ਅਤੇ ਇਸ ਕਰਕੇ ਸਾਡੇ ਸਰਕਾਰੀ ਸਕੂਲਾਂ ਦੇ ਲਈ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਮੇਰਾ ਮੈਂ ਆਸ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਕਰੀਬਨ ਬਾਕੀ ਹੋਰ ਸਕੂਲਾਂ ਦੇ ਵਿੱਚ ਵੀ ਇਹ ਜਿਹੜਾ ਸਿਸਟਮ ਹੈ ਸਾਡਾ ਪੰਜਾਬ ਸਰਕਾਰ ਵੱਲੋਂ ਲਾਗੂ ਹੋ ਜਾਏਗਾ, ਅਤੇ ਜਿਸ ਦੇ ਨਾਲ ਸਾਡੇ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਬੱਚਿਆਂ ਨੂੰ ਬੜਾ ਇਹਦਾ ਫਾਇਦਾ ਹੋਏਗਾ। ਸਰ, ਕਦੋਂ ਪ੍ਰੋਜੈਕਟ ਜਿਹੜਾ ਕਦੋਂ ਸ਼ੁਰੂ ਹੋ ਰਿਹਾ ਅੰਦਾਜ਼ਨ? ਬਸ ਅੰਦਾਜ਼ਨ ਬਸ ਹੁਣ ਸ਼ੁਰੂ ਹੋ ਜਾਏਗਾ ਇਸ ਤਰ੍ਹਾਂ ਦੀ। ਸਰਕਾਰ ਦੀ ਇਸ ਮੁਹਿੰਮ ਦੇ ਨਾਲ ਸਕੂਲਾਂ 'ਚ ਬਿਜਲੀ ਦੀ ਸਮੱਸਿਆ ਦਾ ਹੱਲ ਤਾਂ ਹੋਵੇਗਾ ਹੀ, ਉੱਥੇ ਨਾਲ ਹੀ ਇਕਨੋਮੀਕਲੀ ਵੀ ਸਕੂਲਾਂ ਨੂੰ ਕਾਫੀ ਫਾਇਦਾ ਹੋਵੇਗਾ। ਅਤੇ ਉੱਥੇ ਹੀ ਆਉਣ ਵਾਲੇ ਸਮੇਂ 'ਚ ਸਾਰੇ ਸਕੂਲਾਂ 'ਚ ਸੋਲਰ ਪਾਵਰ ਸਿਸਟਮ ਲਗਾਇਆ ਜਾਵੇਗਾ ਅਤੇ ਇਸਦਾ ਕੰਮ ਇਸ ਸਾਲ ਸ਼ੁਰੂ ਹੋ ਜਾਵੇਗਾ। ਸ਼੍ਰੀ ਅਨੰਦਪੁਰ ਸਾਹਿਬ ਤੋਂ ਰਾਕੇਸ਼ ਰਾਣਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।